Amazon Canada ਤੇ ਸਭ ਦੋਸਤਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ ਕਿ ਨਵੀਆਂ-ਨਵੀਆਂ ਇਮੀਗ੍ਰੇਸ਼ਨ ਅਪਡੇਟਸ ਜੋ ਅਕਤੂਬਰ 2020 ਦੇ ਵਿੱਚ ਆ ਰਹੀਆਂ ਹਨ ਉਹਨਾਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਹਾਂ ਜੋ ਹੁਣ ਲੇਟੈਸਟ ਔਰ ਇੰਪੋਰਟੈਂਟ ਇਨਫੋਰਮੇਸ਼ਨ ਕੈਨੇਡੀਅਨ ਇਮੀਗ੍ਰੇਸ਼ਨ ਦੁਆਰਾ ਦਿੱਤੀ ਗਈ ਹੈ ਉਹ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਤਾਂ ਜਿਨ੍ਹਾਂ ਸਟੂਡੈਂਟਸ ਦੇ ਆਲਰੇਡੀ ਸਟੱਡੀ ਪਰਮਿਟ ਲੱਗੇ ਹੋਏ ਹੈ ਉਹ 20 ਅਕਤੂਬਰ ਤੋਂ ਫਲਾਈ ਕਰ ਸਕਦੇ ਆ ਕੈਨੇਡਾ ਦੇ ਲਈ ਆ ਸਕਦੇ ਆ ਪਰ ਇੱਥੇ ਕੁਝ ਸ਼ਰਤਾ ਰੱਖੀਆਂ ਗਈਆਂ ਹਨ ਔਰ ਨਵਾਂ designated learning institutes ਦੀ ਇੱਕ ਨਵੀਂ ਲਿਸਟ ਵੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਇਮੀਗ੍ਰੇਸ਼ਨ ਕੈਨੇਡਾ ਦੁਆਰਾ ਜਿਹੜੇ ਕਾਲਜ ਯੂਨੀਵਰਸਿਟੀਆਂ ਕੋਲੇ ਕੋਵਿਡ-19 ਰੈਡੀਨੈਸ ਪਲਾਨ ਹੋਵੇਗਾ ਔਰ ਡੀਐਲਆਈ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਹੋਵੇਗਾ ਸਿਰਫ ਉਥੋਂ ਦੇ ਸਟੂਡੈਂਟਸ ਹੈ ਜਿਹੜੇ ਉਹਨਾਂ ਸਟੂਡੈਂਟਸ ਦੇ ਵਿੱਚ ਜਿਨ੍ਹਾਂ ਸਟੂਡੈਂਟਸ ਤੇ ਐਡਮਿਸ਼ਨ ਹੈ ਉਹੀ ਕੈਨੇਡਾ ਦੇ ਲਈ ਫਲਾਈ ਕਰ ਸਕਦੇ ਆ ਕੈਨੇਡਾ ਦੇ ਵਿੱਚ ਆ ਸਕਦੇ ਆ ਰੈਡੀਨੈਸ ਪਲਾਨ ਦੇ ਵਿੱਚ ਜਿਵੇਂ ਕਿ ਮੁੱਢਲੇ ਤੌਰ ਤੇ ਇਹ ਗੱਲਾਂ ਕਾਲਜੇਸ ਨੂੰ ਸ਼ਰਤਾਂ ਇਮੀਗ੍ਰੇਸ਼ਨ ਦੁਆਰਾ ਰੱਖੀਆਂ ਗਈਆਂ ਹਨ ਕਿ ਤੁਸੀਂ ਜੇ ਤੁਹਾਡਾ ਕੋਈ ਸਟੂਡੈਂਟ ਆ ਜਾਂਦਾ ਤਾਂ ਤੁਸੀਂ ਉਹਦਾ ਪ੍ਰੋਪਰ ਪ੍ਰਬੰਧ ਕਰਦੇ ਹੋ ਕਿ ਉਹ 14 ਦਿਨਾਂ ਦੇ ਲਈ ਆਕਾਂਤ ਵਾਸਤੇ ਵਿੱਚ ਰਹੇਗਾ ਜਾਂ ਉਸ ਦਾ ਕੋਈ ਕਿਸੇ ਤਰ੍ਹਾਂ ਦੀ ਗਰੋਸਰੀ ਦੀ ਪ੍ਰੋਬਲਮ ਹੈ ਜਾਂ ਉਹਦੇ ਆਉਣ ਜਾਣ ਦੀ ਪ੍ਰੋਬਲਮ ਹੈ ਜਿਹੜੇ ਕਾਲਜ ਯੂਨੀਵਰਸਟੀਆਂ ਆਪਦੇ ਸਟੂਡੈਂਟਸ ਦਾ ਹੱਲ ਕਰ ਸਕਦੀਆਂ ਉਹਨਾਂ ਦਾ ਸਾਥ ਦੇ ਸਕਦੀਆਂ ਉਹਨਾਂ ਨੂੰ ਇਸ ਲਿਸਟ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੇ ਸਟੂਡੈਂਟਸ ਸੀ ਇਥੇ ਆ ਸਕਣ ਕਿਉਂਕਿ ਉਹਨਾਂ ਸਟੂਡੈਂਟਸ ਦੇ ਲਈ ਪ੍ਰੋਪਰ ਉਹਨਾਂ ਦੇ ਕਾਲਜ ਯੂਨੀਵਰਸਿਟੀ ਵੱਲੋਂ ਪ੍ਰਬੰਧ ਕੀਤਾ ਹੋਇਆ ਹੈ ਤਾਂ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ ਕਿ ਉਹਨਾਂ ਦਾ ਨਾਮ ਹੈ ਜੋ ਉਹਨਾਂ ਦੇ ਕਾਲਜ ਯੂਨੀਵਰਸਿਟੀ ਦਾ ਨਾਮ ਹੈ ਉਹ ਡੀਐਲਆਈ ਲਿਸਟ ਦੇ ਵਿੱਚ ਹੈ ਜਾਂ ਨਹੀਂ ਹੈ ਤਾਂ ਸਿੰਪਲੀ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾਣਾ ਹੈ ਔਰ ਉਸ ਜਗ੍ਹਾ ਤੇ ਜਾ ਕੇ ਆਪਣੀ ਜਿਸ ਸਟੇਟ ਦੇ ਵਿੱਚ ਵੀ ਤੁਸੀਂ ਪੜਨਾ ਰਹੇ ਹੋ ਦੇਖੋ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਕਿ 20 ਅਕਤੂਬਰ 2020 ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿ 20 ਅਕਤੂਬਰ ਤੋਂ ਹੀ ਜੋ ਇਹ ਸਿਸਟਮ ਹੈ ਇਹ ਸਟਾਰਟ ਹੋ ਰਿਹਾ ਹੈ ਔਰ ਨਾਲ ਹੀ ਯੂਨੀਵਰਸਿਟੀਆਂ ਕਾਲਜੇਸ ਦੇ ਡੀਐਲਆਈ ਨੰਬਰ ਵੀ ਦਿੱਤੇ ਗਏ ਆ ਉਹਨਾਂ ਦੇ ਨੇਮ ਵੀ ਦਿੱਤੇ ਗਏ ਆ ਸੋ ਤੁਸੀਂ ਸਟੇਟ ਵਾਈਜ਼ ਪ੍ਰੋਵਿੰਸ ਵਾਈਜ਼ ਜਿੱਥੇ ਵੀ ਤੁਹਾਡੀ ਐਡਮਿਸ਼ਨ ਹੈ ਅਗਰ ਤੁਹਾਡੀ ਅਨਟਾਰੀਓ ਦੇ ਵਿੱਚ ਐਡਮਿਸ਼ਨ ਹੈ ਤਾਂ ਆਲਮੋਸਟ 14 14 ਹੈ ਜੋ ਯੂਨੀਵਰਸਿਟੀ ਕਾਲਜੇਸ ਟੋਟਲ ਅਨਟਾਰੀਓ ਦੇ ਵਿੱਚ ਹੈ ਜਿਨ੍ਹਾਂ ਕੋਲੇ ਰੈਡੀਨੈਸ ਪਲਾਨ ਸੀਗਾ ਔਰ ਉਹਨਾਂ ਨੇ ਗਵਰਨਮੈਂਟ ਨੂੰ ਦਿੱਤਾ ਉਥੋਂ ਦੇ ਸਟੂਡੈਂਟ ਆ ਸਕਦੇ ਆ ਇਸੇ ਤਰੀਕੇ ਦੇ ਨਾਲ ਤੁਸੀਂ ਵੱਖਰੇ ਵੱਖਰੇ ਹੋਰ ਪ੍ਰੋਵਿੰਸਿਸ ਬਾਰੇ ਦੇਖ ਸਕਦੇ ਹੋ ਅਸੀਂ ਮੈਨੀ ਟੋਬਾ ਦੀ ਗੱਲ ਕਰੀਏ ਤਾਂ ਮੈਨੀ ਟੋਬਾ ਦਾ ਦੇਖ ਰਹੇ ਹਾਂ ਲਿਸਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਿਰਫ 10 ਕਾਲਜ ਜਾਂ ਯੂਨੀਵਰਸਿਟੀਆਂ ਇੱਥੇ ਹੈਗੀਆਂ ਜਿਨ੍ਹਾਂ ਨੇ ਰੈਡੀਨੈਸ ਪਲਾਨ ਹੈ ਜੋ ਆਪਣੇ ਗਵਰਨਮੈਂਟ ਨੂੰ ਦਿੰਦਾ ਹੈ ਕਿ ਅਸੀਂ ਆਪਣੇ ਆਏ ਹੋਏ ਬੱਚਿਆਂ ਨੂੰ ਪ੍ਰੋਪਰ ਸੰਭਾਲ ਸਕਦੇ ਹਾਂ ਉਹਨਾਂ ਦੀ ਦੇਖਭਾਲ ਵੀ ਕਰ ਸਕਦੇ ਹਾਂ ਔਰ ਬਿਨਾ ਕਿਸੇ ਕੋਰੋਨਾ ਦੇ ਖਤਰੇ ਤੋਂ ਉਹਨਾਂ ਨੂੰ ਕਲਾਸਿਸ ਪ੍ਰੋਵਾਈਡ ਵੀ ਕਰ ਸਕਦੇ ਹਾਂ ਤਾਂ ਇਹਨਾਂ ਕਾਲਜਿਸ ਯੂਨੀਵਰਸਿਟੀਆਂ ਨੂੰ ਆਗਿਆ ਦਿੱਤੀ ਗਈ ਹੈ ਕਿ ਇੱਥੋਂ ਦੀ ਐਡਮਿਸ਼ਨ ਹੋ ਚੁੱਕੀ ਹੈ ਇੱਥੋਂ ਦੇ ਸਟੱਡੀ ਪਰਮਿਟ ਲੈ ਚੁੱਕੇ ਬੱਚੇ ਵੀਕ ਤੋਂ ਬਰਟੋਫਲਾਈ ਕਰ ਸਕਦੇ ਆ ਕੈਨੇਡਾ ਦੇ ਲਈ ਇਸੇ ਤਰੀਕੇ ਨਾਲ ਤੁਸੀਂ ਵੱਖਰੀਆਂ ਵੱਖਰੀਆਂ ਸਟੇਟਸ ਬ੍ਰਿਟਿਸ਼ ਕੋਲੰਬੀਆ ਅਲਬਰਟਾ ਪ੍ਰਿੰਸ ਐਡਵਰਡ ਨਿਊ ਬ੍ਰੰਸਵਿਕ ਜਿਹੜੀ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਪੜਨਾ ਰਹੇ ਹੋ ਉਥੋਂ ਦਾ ਲਿਸਟ ਹੈ ਜਿਹੜੀ ਸਟੂਡੈਂਟਸ ਖੁਦ ਬੈਠ ਕੇ ਘਰੇ ਚੈੱਕ ਕਰ ਸਕਦੇ ਹਨ ਤੁਸੀਂ ਦੇਖ ਰਹੇ ਹੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਲਮੋਸਟ ਸਭ ਤੋਂ ਜ਼ਿਆਦਾ 39 39 ਇਹੋ ਜਿਹੀ ਯੂਨੀਵਰਸਿਟੀ ਜਾਂ ਕਾਲਜੇਜ਼ ਜਿਹਦੇ ਵਿੱਚ ਪ੍ਰਾਈਵੇਟ ਗਵਰਨਮੈਂਟ ਫੰਡਡ ਕਾਲਜੇਜ਼ ਹਨ ਜਿਨ੍ਹਾਂ ਨੂੰ ਇਸ ਵੇਲੇ ਆਗਿਆ ਦਿੱਤੀ ਗਈ ਹੈ ਇਥੋਂ ਦੇ ਸਟੂਡੈਂਟਸ ਜਿਹੜੇ ਉਹ ਆ ਸਕਦੇ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਇਸ ਵੇਲੇ ਇਸ ਕਰੋਨਾ ਕਾਲ ਦੇ ਵਿੱਚ ਇਹ ਬਹੁਤ ਹੀ ਸੁਖਦਾਈ ਖਬਰ ਹੈ ਤਾਂ ਕਿਉਂਕਿ ਉਹਨਾਂ ਨੇ ਬਹੁਤ ਹੀ ਲੱਖਾਂ ਰੁਪਏ ਫੀਸ ਭਰੀ ਹੋਈ ਹੈ ਔਰ ਹਰੇਕ ਹੀ ਸਟੂਡੈਂਟ ਚਾਹੁੰਦਾ ਹੈ ਕਿ ਮੈਂ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਾਈ ਕਰਾਂ इवन दो ਕਿ 50% ਪੜ੍ਹਾਈ ਜਿਹੜੀ ਹੈ ਇੰਡੀਆ ਦੇ ਵਿੱਚ ਜਾਂ ਜਿਸ ਕੰਟਰੀ ਨੂੰ ਉਹ ਬਿਲੋਂਗ ਕਰਦੇ ਉੱਥੇ ਬੈਠ ਕੇ ਗਵਰਨਮੈਂਟ ਵੱਲੋਂ ਕਰਨ ਲਈ ਕਿਹਾ ਗਿਆ ਹੈ ਔਰ ਇਮੀਗ੍ਰੇਸ਼ਨ ਕੈਨੇਡਾ ਦੁਆਰਾ ਇਹ ਵੀ ਕਿਹਾ ਗਿਆ ਸੀ ਕਿ ਅਗਰ ਤੁਸੀਂ 50% ਤੁਹਾਡੀ ਪੜ੍ਹਾਈ ਹੈ ਜੋ ਅਗਰ ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਬੈਠ ਕੇ ਵੀ ਕਰਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਵੇਗਾ ਸੋ ਦੋਸਤੋ ਕਿਉਂਕਿ ਹੁਣ ਅਕਤੂਬਰ ਦਾ ਮਹੀਨਾ ਚੱਲ ਰਿਹਾ ਹੈ ਔਰ 30 ਅਕਤੂਬਰ ਤੱਕ ਇਸੇ ਤਰੀਕੇ ਦੇ ਨਾਲ ਹਰ ਰੋਜ਼ ਨਵੀਆਂ ਨਵੀਆਂ ਇਮੀਗ੍ਰੇਸ਼ਨ ਅਪਡੇਟਸ ਆਉਂਦੀਆਂ ਰਹਿਣਗੀਆਂ ਤੋਂ ਜੁੜੇ ਰਹੋ Amazon Canada ਦੇ ਨਾਲ ਔਰ ਸਬਸਕ੍ਰਾਈਬ ਕਰਨਾ ਵਿਨਾ ਭੁੱਲੋ